सरहदी क्षेत्र अजनाला के गांव डडिया के पतन पर रावी दरिया पार कर खेती करने वाला किसान जसकरण सिंह अपनी 4 एकड़ की फसल की कटाई कर बेड़े में ट्रैक्टर ट्राली की मदद से 50 क्विंटल गेहूं दरिया में से वापस ला रहा था। यह बेड़ा रावी दरिया में नीचे धस गया और करीब 25 फुट नीचे ट्राली और गेहूं समेत डूब गया। यहां किसान को भारी नुकसान हो गया। इस संबंध में किसान जसकरण सिंह ने दुखी मन से बताया कि उन्होंने रावी पार 4 एकड़ जमीन ठेके पर ली थी और फसल पकने के बाद वह कटाई कर वापस ला रहा था। यहां उनकी 50 क्विंटल फसल ट्रैक्टर ट्राली समेत बेड़े के साथ रावी में डूब गई है। उन्होंने सरकार से मुआवजे की मांग की है। वही एक किसान भाजपा ने बताया कि हर साल किसी न किसी किसान की फसल रावी में डूब जाती है। वहीं पिछले समय दौरान 2 लोग भी डूब गए थे। उन्होंने कहा कि यहां कोई पुल न होने के कारण कई बड़े हादसे हो चुके हैं। उन्होंने मांग की है कि यहां जल्द से जल्द पुल का इंतजाम किया। चक्कर की बनाई 4 एकड़ की कणक मान लो वढ़ा के लियांदी सी ते इत्थे मान लो बेड़े दे विच जिहड़ा ट्रैक्टर पाया पानी बहुत ज्यादा होण कारण मान लो ट्रैक्टर भी नाल ही नाल कणक भी नाल ट्राली भी नाल मान लो दरिया दे विच डुब गई है सारी चीजां। कितना मतलब ट्राली दा भार ज्यादा सी जां पानी ज्यादा सी? पानी ज्यादा सी, दरिया च पानी ज्यादा। हांजी हांजी। किन्ने बंदे सवार सी इहदे विच? बंदे 4-5 हैगे सी। मान लो होर भी कई मुश्किलां आ सकदियां, चलो माड़ा मोटा बंदा तरन तुरन जांदा तां करके मान लो निकल आए, बाकी ਡੂੰਘਾ ਥੱਲੇ ਟ੍ਰੈਕਟਰ ਥੱਲੇ ਡੁੱਬ ਗਿਆ। ਜ਼ਮੀਨ ਆਪਣੀ ਹੈ ਜਾਂ ਠੇਕੇ ਤੇ ਲਈ? ਠੇਕੇ ਤੇ ਲਈ। ਹਾਂਜੀ। ਤੇ ਤੁਹਾਡੀ ਜ਼ਮੀਨ ਉੱਥੇ ਹੋਰ ਵੀ ਹੈਗੀ ਹੈ ਬਾਹਰ? ਨਹੀਂ ਆਪਣੀ ਨਹੀਂ ਹੈਗੀ। ਅੱਛਾ, ਠੇਕੇ ਤੋਂ ਲੈ ਕੇ ਵਾਹੀ ਕਰਦੇ ਹੋ? ਹਾਂਜੀ। ਤੇ ਕਿੰਨਾ ਠੇਕਾ ਹੈ ਜ਼ਮੀਨ ਦਾ? ਠੇਕਾ ਇੱਧਰ ਹੈਗਾ ਜੋ 26,000 ਕਿੱਲੇ ਦਾ। ਠੀਕ ਹੈ, ਠੇਕਾ ਤੁਸੀਂ ਦੇ ਚੁੱਕੇ ਹੋ? ਹਾਂਜੀ ਦੇ ਚੁੱਕੇ। ਠੀਕ ਹੈ। ਇਹ ਹੁਣ ਤੋਂ ਜਿਹੜਾ ਬੇੜੇ ਤੋਂ ਲੈ ਕੇ ਆ ਰਹੇ ਹੋ, ਇਹ ਬੇੜਾ ਤੁਹਾਡਾ ਆਪਣਾ ਸੀ ਕਿ ਜਾਂ ਸਰਕਾਰ ਵੱਲੋਂ ਦਿੱਤਾ? ਇਹ ਮੰਨ ਲਓ ਇੱਥੇ ਕੰਮ ਚੱਲਣ ਡਿਆ ਆ, ਪੱਤਰਾਂ ਦਾ ਠੇਕੇ ਤਰ੍ਹਾਂ ਦਾ, ਉਹਨਾਂ ਦਾ ਬੇੜਾ ਹੈ। ਸਰਕਾਰ ਵੱਲੋਂ ਕੋਈ ਬੇੜਾ ਨਹੀਂ ਮਿਲਿਆ। ਉਹ ਕਿੱਧਰ ਉਹਨਾਂ ਨੂੰ ਕਿਰਾਇਆ ਵਗੈਰਾ ਦਿੰਦੇ ਕੀ? ਹਾਂਜੀ, ਥੋੜ੍ਹਾ ਬਹੁਤ ਦੇ ਦਈਦਾ ਉਹਨਾਂ ਨੂੰ। ਕਿੰਨਾ ਕੁ ਦਿੰਦੇ? 500-700 ਰੁਪਏ ਦੇ ਦਈਦਾ ਇਹ ਚੱਕਰ ਦਾ। ਹਾਂਜੀ ਠੀਕ ਹੈ। ਸਰਕਾਰ ਵੱਲੋਂ ਬੇੜਾ ਨਹੀਂ ਮਿਲਿਆ? ਨਹੀਂ, ਸਰਕਾਰ ਵੱਲੋਂ। ਇੱਥੇ ਸਰਕਾਰ ਵੱਲੋਂ ਬੇੜਾ ਨਹੀਂ ਕੋਈ ਹੈਗਾ? ਨਹੀਂ ਜੀ, ਸਰਕਾਰ ਵੱਲੋਂ। ਤੇ ਤੁਹਾਡੇ ਤੋਂ ਇਲਾਵਾ ਹੋਰ ਵੀ ਕਿਸਾਨ ਇੱਥੋਂ ਕਣਕ ਲੈ ਕੇ ਆਉਂਦੇ ਬੇੜੇ ਤੇ? ਬਹੁਤ ਜ਼ਿਆਦਾ। ਇਹ ਤਾਂ ਪਹਿਲਾਂ ਅਸੀਂ ਮੰਨ ਲਓ ਵਢਾਈ ਅਸੀਂ ਕਣਕ, ਇਹ ਪਹਿਲੀ ਟਰਾਲੀ ਡੁੱਬ ਗਈ, ਜਿਹੜੀ ਤਾਂ ਕਣਕ ਮੰਨ ਲਓ 10,000 ਕਿੱਲੇ ਦੀ ਕਣਕ ਪਾਰ ਹੀ ਪਈ ਹੋਈ ਹੈ। ਮੇਰੀ ਜ਼ਮੀਨ ਦਰਿਆ ਰਾਵੀ ਤੋਂ ਪਾਰ ਅਤੇ ਇੱਥੇ ਕੋਈ 7 ਪਿੰਡਾਂ ਬੇਚਰਾਗ ਪਿੰਡ ਨੇ। ਮੈਂ ਡੱਡੀਆਂ ਪਿੰਡ ਦਾ ਨੰਬਰਦਾਰ ਵੀ ਹਾਂ। 7 ਪਿੰਡ ਬੇਚਰਾਗ ਨੇ ਜਿਨ੍ਹਾਂ ਦਾ ਕੋਈ ਵੀ ਖੇਤੀ ਦਾ ਦਰਿਆ ਰਾਵੀ ਤੋਂ ਪਾਰ ਕਰਨ ਦਾ ਕੋਈ ਸਾਧਨ ਨਹੀਂ ਹੈ। ਅਸੀਂ ਸਾਰਿਆਂ ਨੇ ਤਕਰੀਬਨ ਆਪਣੇ ਬੇੜੀਆਂ ਬੇੜੇ ਬਣਾਏ ਨੇ। ਸਰਕਾਰ ਵੱਲੋਂ ਸਾਨੂੰ ਇਸ ਪੱਤਣ 'ਤੇ ਕੋਈ ਚੀਜ਼ ਨਹੀਂ ਦਿੱਤੀ ਗਈ। ਇਹ ਇੱਕ ਇਹੋ ਜਿਹਾ ਪੱਤਣ ਹੈ ਜਿੱਥੇ 2-3 ਮੌਤਾਂ ਵੀ ਹੋ ਚੁੱਕੀਆਂ। ਕਿਸਾਨ ਆਪਣੇ ਟਰੈਕਟਰਾਂ ਨੂੰ ਪਾਣੀ ਰਾਹੀਂ ਪਾ ਕੇ ਆਪਣੀ ਜਾਨ ਮਾਲ ਦੀ ਪਾਣੀ 'ਚ ਰੋੜ ਕੇ ਖੇਤੀ ਦੀ ਫਸਲ ਨੂੰ ਆਪਣੀ ਮੰਡੀਆਂ ਤੱਕ ਪਹੁੰਚਾਉਂਦੇ ਨੇ। ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਬੜੀ ਵਾਰ ਬੇਨਤੀ ਕੀਤੀ ਆ, ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ 'ਤੇ ਪੱਤਣ 'ਤੇ ਪੁਲ ਦੀ ਖੇਚਲ ਨਹੀਂ ਕੀਤੀ। ਅਸੀਂ ਕੈਪਟਨ ਸਾਹਿਬ ਅਤੇ ਆਪਣੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਜੀ ਅਜਨਾਲਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਇਸ ਪੱਤਣ 'ਤੇ, ਕਿਸੇ ਵੀ ਪੱਤਣ 'ਤੇ, ਕੋਟ ਰਜਾਦਾ ਤੋਂ ਲੈ ਕੇ ਡੱਡੀਆਂ ਦੇ ਪੱਤਣ ਤੱਕ ਸਰਕਾਰੀ ਪੁਲ ਦਾ ਨਿਰਮਾਣ ਕੀਤਾ ਜਾਵੇ। ਹੋਇਆ ਇਹ ਵਿਚਾਰੇ ਕਿਸਾਨਾਂ ਨੇ ਆਪਣੀ ਫਸਲ ਮੰਡੀਆਂ ਤੱਕ ਪਹੁੰਚਾਉਣ ਲਈ ਆਪਣੀ ਜਾਨ ਹੀਲ ਕੇ ਆਪਣਾ ਲੱਖਾਂ ਰੁਪਈਏ ਦਾ ਨੁਕਸਾਨ ਕੀਤਾ। ਉਹਨਾਂ ਦੀ ਫਸਲ ਵੀ ਵਿੱਚ ਰੁੜ ਗਈ ਆ। ਬੜੀ ਮੁਸ਼ਕਲ ਨਾਲ ਉਹ ਕਿਸਾਨ ਵਿਚਾਰਾ ਆਪਣੀ ਜਾਨ ਬਚਾ ਕੇ ਬਾਹਰ ਨਿਕਲਿਆ। ਸੋ ਸਾਡੀ ਵਾਰ ਵਾਰ ਇਹੋ ਹੀ ਬੇਨਤੀ ਆ ਹਲਕੇ ਵਾਸਤੇ, ਸਰਦਾਰ ਹਰਪ੍ਰਤਾਪ ਸਿੰਘ ਜੀ ਜਨਾਲਾ ਨੂੰ ਬੇਨਤੀ ਆ, ਕੈਪਟਨ ਸਾਹਿਬ ਨੂੰ ਬੇਨਤੀ ਆ, ਇਸ ਪੱਤਣ 'ਤੇ ਸਾਨੂੰ ਪੁਲ ਦੀ ਦਿੱਤਾ ਜਾਵੇ। ਟੈਸਟ ਰਿਪੋਰਟ, ਸਿਟੀ ਹੋਮ ਨਿਊਜ਼।